ਲੱਕਾ ਫਿਲੌਰ ਦੇ ਪਿੰਡ ਤਲੇਤਾ ਵਿਖੇ ਇੱਕ ਭਾਈਚਾਰਕ ਸਾਂਝ ਦੀ ਇਤਿਹਾਸਕ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਤਲੇਤਾ ਵੱਲੋਂ ਪਿੰਡ ਵਿੱਚ ਵਸਦੇ ਮੁਸਲਿਮ ਭਾਈਚਾਰੇ ਨੂੰ ਕਬਰ ਸਥਾਨ ਲਈ ਲਗਭਗ 2 ਕਨਾਲ ਜ਼ਮੀਨ ਦਿੱਤੀ ਗਈ। ਇਸ ਮੌਕੇ ਪਿੰਡ ਦੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਸਭਾ ਰੱਖੀ ਗਈ ਜਿਸ ਵਿੱਚ ਮੁੱਖ ਤੌਰ 'ਤੇ ਸਲੀਮ ਸੁਲਤਾਨੀ ਪ੍ਰਧਾਨ ਮੂਲ ਨਿਵਾਸੀ ਮੁਸਲਿਮ ਭਾਈਚਾਰਾ ਪੰਜਾਬ, ਹਰਜੀਤ ਸਿੰਘ ਸਰਪੰਚ ਤਲੇਤਾ, ਬੁੱਧ ਸਿੰਘ ਪਹਿਲਵਾਨ ਸਮਾਜ ਸੇਵਕ ਅਤੇ ਠੇਕੇਦਾਰ ਅਮਰਜੀਤ ਕੈਲੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮੂਹ ਮੁਸਲਿਮ ਭਾਈਚਾਰੇ ਵੱਲੋਂ ਤਲੇਤਾ ਦੇ ਸਰਪੰਚ ਹਰਜੀਤ ਸਿੰਘ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਲੀਮ ਸੁਲਤਾਨੀ ਨੇ ਕਿਹਾ ਕਿ ਇਹ ਕੰਮ ਜੋ ਹੋਇਆ ਹੈ ਇਹ ਇੱਕ ਇਤਿਹਾਸਕ ਭਾਈਚਾਰਕ ਸਾਂਝ ਅਤੇ ਸਦਭਾਵਨਾ ਵਧਾਉਣ ਵਾਲਾ ਕਦਮ ਹੈ। ਇਸ ਦੇ ਲਈ ਗ੍ਰਾਮ ਪੰਚਾਇਤ, ਸਰਪੰਚ ਅਤੇ ਸਮੂਹ ਨੱਗਰ ਨਿਵਾਸੀ ਵਧਾਈ ਦੇ ਪਾਤਰ ਹਨ। ਉਹਨਾਂ ਅੱਗੇ ਕਿਹਾ ਕਿ ਅੱਜ ਤੱਕ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ ਵਸਦੇ ਘੱਟ ਗਿਣਤੀ ਭਾਈਚਾਰੇ ਦੀਆਂ ਬੇਸਿਕ ਜ਼ਰੂਰਤਾਂ ਨੂੰ ਹੱਲ ਕਰਨ ਵਿੱਚ ਅਸਮਰੱਥ ਰਹੀਆਂ ਹਨ, ਜਿਸ ਕਰਕੇ ਸਮੂਹ ਪੰਜਾਬ ਦਾ ਮੁਸਲਿਮ ਭਾਈਚਾਰਾ ਮੌਕੇ ਦੀਆਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਅਤੇ ਭਵਿੱਖ ਵਿੱਚ ਆਪਣੀ ਸੋਚ ਅਤੇ ਸਮਝ ਨਾਲ ਆਪਣੀ ਰਣਨੀਤੀ ਖੁਦ ਤਿਆਰ ਕਰੇਗਾ। ਇਸ ਮੌਕੇ ਸਲੀਮ ਸੁਲਤਾਨੀ ਅਤੇ ਹਰਜੀਤ ਸਿੰਘ ਸਰਪੰਚ ਵੱਲੋਂ ਸਾਂਝੇ ਤੌਰ 'ਤੇ ਕਬਰਸਥਾਨ ਦੀ ਸੰਘੇ ਬੁਨਿਆਦ ਵੀ ਰੱਖੀ ਗਈ। ਇਸ ਮੌਕੇ ਸੁਖਦੀਪ ਸਿੰਘ ਪੰਚ, ਜਸਵੀਰ ਵਿਰਦੀ, ਰਜਾ ਹੁਸੈਨ ਚੇਅਰਮੈਨ ਮੂਲ ਨਿਵਾਸੀ ਮੁਸਲਿਮ ਭਾਈਚਾਰਾ, ਗੁਲਾਮ ਅਲੀ ਜਨਰਲ ਸਕੱਤਰ, ਜੌ ਖਾਨ ਕੈਸ਼ੀਅਰ, ਸ਼ੇਰ ਅਲੀ, ਬਸ਼ੀਰ ਅਹਿਮਦ, ਗੁਲਾਮ ਰਸੂਲ, ਸੈਫ ਅਲੀ, ਸਵੀਰ ਸ਼ਾਹ, ਹਸਨਦੀਨ, ਕਰਮਜੀਤ ਸਿੰਘ ਸਾਬਕਾ ਪੰਚ ਜੀ। ਗੁੱਜਰ ਭਾਈਚਾਰੇ ਦਾ ਬਹੁਤ ਚਿਰ ਤੋਂ ਮੰਗ ਸੀਗੀ ਕਬਰਸਥਾਨ ਦੀ, ਅਤੇ ਉਹ ਚਲੋ ਪੰਚਾਇਤ ਨੇ ਦੇਖ ਕੇ ਸਾਰੇ ਪਿੰਡ ਨੇ ਅਤੇ ਮਤਾ ਪਾਇਆ ਸਹਿਮਤੀ ਨਾਲ, ਉਹ ਇਹਨਾਂ ਅੱਜ ਜਗ੍ਹਾ ਦੇ ਦਿੱਤੀ ਹੈ ਜੀ। ਬਹੁਤ ਧੰਨਵਾਦ ਕਰਦੇ ਹਾਂ ਸਾਰੀ ਇਹ ਕਬਰਸਥਾਨ ਵਾਸਤੇ ਦਿੱਤੀ ਹੈ। ਹਾਂਜੀ, ਮੈਂ ਰਜ਼ਾ ਹੁਸੈਨ, ਮੂਲ ਨਿਵਾਸੀ ਪੰਜਾਬੀ ਮੁਸਲਿਮ ਭਾਈਚਾਰਾ ਚੇਅਰਮੈਨ। ਅੱਜ ਜੋ ਅਸੀਂ ਸਾਡੇ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀਆਂ ਆ ਨਾ, ਉਹ ਅੱਜ ਤਲੇਤਾ ਦੀ ਨਗਰ ਪੰਚਾਇਤ ਨੇ ਉਹ ਸਾਡੇ ਚਿਹਰਿਆਂ 'ਤੇ ਅੱਜ ਖੁਸ਼ੀਆਂ ਦਿੱਤੀਆਂ। ਔਰ ਮੈਂ ਇਸ ਤਲੇਤਾ ਪੰਚਾਇਤ ਦਾ ਬੜਾ ਜਿੰਨਾ ਵੀ ਸ਼ੁਕਰੀਆ ਕਰ ਲਵਾਂ, ਜਿੰਨਾ ਵੀ ਧੰਨਵਾਦ ਕਰ ਲਵਾਂ, ਉਨਾ ਹੀ ਘੱਟ ਹੈ ਕਿ ਸਾਡਾ ਜਿਹੜਾ ਆਖਰਤ ਦਾ ਘਰ ਵਾ ਉਹ ਇਹਨਾਂ ਨੇ ਸਾਨੂੰ ਅੱਜ ਨਸੀਬ ਕੀਤਾ, ਜਦਕਿ ਅਸੀਂ ਆਪਣੇ ਆਖਰਤ ਦੇ ਘਰ ਦੇ ਲਈ ਵੀ ਜੱਦੋ ਜਹਿਦ ਅਸੀਂ ਬਹੁਤ ਕਰਦੇ ਹਾਂ, ਕਦੀ ਕਿਤੇ ਜਾ ਕੇ ਕਦੀ ਕਿਤੇ ਜਾ ਕੇ ਸਾਨੂੰ ਭਟਕਣਾ ਪੈਂਦਾ ਹੈ। ਹਜੇ ਵੀ ਸਾਡੀ ਇਹ ਲੜਾਈ ਖਤਮ ਨਹੀਂ ਹੋਈ, ਹਜੇ ਇਹ ਸਾਡੀ ਲੜਾਈ ਦਾ ਪਹਿਲਾ ਕਦਮ ਆ ਜੋ ਇਸ ਪੰਚਾਇਤ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੱਤਾ ਆ। ਮੈਂ ਬਾਕੀਆਂ ਪੰਚਾਇਤਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਸਾਡੇ ਮੁਸਲਿਮ ਸਮਾਜ ਨੂੰ, ਮੁਸਲਿਮ ਭਾਈਚਾਰੇ ਨੂੰ ਕਮ ਸੇ ਕਮ ਆਖਰਤ ਦੇ ਘਰ ਤੋਂ ਪਰੇਸ਼ਾਨੀ ਆਉਂਦੀ ਆ, ਉਹ ਇਸ ਚੀਜ਼ ਦਾ ਮਸਲਾ, ਇਸ ਚੀਜ਼ ਦੀ ਪਰੇਸ਼ਾਨੀ ਨੂੰ ਹੱਲ ਪਹਿਲ ਦੇ ਆਧਾਰ 'ਤੇ ਕਰਨ, ਤਾਂ ਜੋ ਆਪਣੀ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਆ ਹਿੰਦੂ ਸਿੱਖ ਮੁਸਲਿਮ ਭਾਈਚਾਰਾ ਇੱਦਾਂ ਹੀ ਆਪਣਾ ਭਾਈਚਾਰਾ ਬਣਿਆ ਰਹੇ। ਅਤੇ ਮੈਂ ਇੱਕ ਵਾਰ ਫਿਰ ਬੁੱਧ ਸਿੰਘ ਭਲਵਾਨ ਜੀ ਅਤੇ ਹਰਜੀਤ ਸੰਧੂ ਜੀ ਦਾ ਅਤੇ ਅਮਰਜੀਤ ਕੈਲੇ ਜੀ ਦਾ ਅਤੇ ਸਾਡੇ ਬਹੁਤ ਹੀ ਅਜ਼ੀਜ਼ ਸਲੀਮ ਸੁਲਤਾਨੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ, ਜਿਨ੍ਹਾਂ ਦੇ ਸਦਕੇ ਸਾਨੂੰ ਮਾਣ ਉਹ ਅੱਜ ਸਲੀਮ ਸੁਲਤਾਨੀ ਅਤੇ ਆਪਣੀ ਪੂਰੀ ਟੀਮ 'ਤੇ, ਕਿ ਇੱਦਾਂ ਦੇ ਜੁਝਾਰੂ ਸਿਪਾਹੀ ਸਾਨੂੰ ਚਾਹੀਦੇ ਆ, ਇੱਦਾਂ ਦੇ ਹਿੰਮਤੀ ਔਰ ਉੱਦਮੀ ਸਿਪਾਹੀ ਸਾਨੂੰ ਚਾਹੀਦੇ ਆ, ਜਿਹੜੇ ਆਪਣਾ, ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਆਪਣਾ ਕੰਮ ਵੀ ਛੱਡਣਾ ਪੈਂਦਾ ਹੁੰਦਾ ਆ ਅਤੇ ਕਿਸੇ ਦੀ ਲੜਾਈ ਆਪਣੇ ਘਰ ਵੀ ਲਿਆਉਣੀ ਪੈਂਦੀ ਹੁੰਦੀ ਆ। ਕਹਿੰਦੇ ਕਿ ਕਹਾਵਤ ਆ ਕਿ ਭਗਤ ਸਿੰਘ ਹੋਵੇ ਗਵਾਂਢੀਆਂ ਦੇ ਹੋਵੇ, ਅਤੇ ਇਹ ਜਿਹੜਾ ਕਲੇਸ਼ ਆ ਸਾਡੇ ਘਰ ਨਾ ਜਾਵੇ, ਪਰ ਇਹ ਜਿਹੜਾ ਮੂਲ ਨਿਵਾਸੀ ਮੁਸਲਿਮ ਭਾਈਚਾਰਾ ਨੇ ਉਪਰਾਲਾ ਕੀਤਾ ਹੈ, ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ, ਔਰ ਤੁਹਾਡੇ ਸਾਰਿਆਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਪਿੰਡ ਤਲੇਤਾ ਵੱਲੋਂ ਜੋ ਮੁਸਲਿਮ ਭਾਈਚਾਰੇ ਦੀ 1988 ਤੋਂ ਲਗਭਗ ਇੱਕ ਮੰਗ ਸੀ ਕਬਰਸਥਾਨ ਦੀ, ਉਹ ਸਮੂਹ ਪੰਚਾਇਤ ਸਾਡੇ ਪਿੰਡ ਦੇ ਸਰਪੰਚ ਸਾਹਿਬ ਹਰਜੀਤ ਸਿੰਘ ਜੀ ਔਰ ਅਮਰਜੀਤ ਕੈਲੇ ਸਾਹਿਬ ਪੰਚ, ਉਹਨਾਂ ਦੇ ਜਿਹੜੇ ਮਾਤਾ ਜੀ ਪੰਚ ਨੇ, ਔਰ ਸਾਡੇ ਬੁੱਧ ਸਿੰਘ ਭਲਵਾਨ ਸਾਹਿਬ ਅਤੇ ਹੋਰ ਵੀ ਪੰਚ ਸਾਹਿਬ ਸਾਡੇ ਆਏ ਨੇ, ਔਰ ਸਾਡਾ ਗੁੱਜਰ ਭਾਈ ਸਾਹਿਬ ਦੀ ਹਾਜ਼ਰੀ 'ਚ ਅੱਜ 2 ਕਨਾਲ ਦੇ ਲਗਭਗ ਜ਼ਮੀਨ ਕਬਰਸਥਾਨ ਨੂੰ ਦਿੱਤੀ ਗਈ, ਜਿਹਨੂੰ ਲੈ ਕੇ ਸਾਡੇ ਮੁਸਲਿਮ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਆ। ਔਰ ਨਾਲ ਐਜ ਏ ਮੈਂ ਮੈਂਬਰ ਸਲਾਹਕਾਰ ਕਮੇਟੀ ਮਿਨੋਰਟੀ ਕਮਿਸ਼ਨ ਪੰਜਾਬ ਸਰਕਾਰ ਹਾਂ, ਮੈਂ
ये उम्मीद करता पूरे पंजाब आप लहर चलावे और मूल निवासी मुस्लिम भाईचारा जो संगठन दास नूद भी प्रधानगी की सेवा वा तो मैं धलेते की पंचायत वालों जो इलाही काम किया ये थोड़े कैमरे राही मैं समूह पंचायतों ये बेनती करदा क्योंकि सरकारां दे असीं लताड़े होए हाँ राजनीतिक पार्टियां तो सानू कुछ नहीं लभ्या ये तो पिंडां दीआं पंचायतां इदां दा उपराला करन रल मिल के तां जो जिहड़ी मुसलमानां दी बेसिक मंग आ कब्रस्तान दी वो पूरी होई अज होई आ इहदे लई दुआरा तो फिर मैं धलेते दी समूह पंचायत नूं धन्नवाद सो सब तो पहला बहुत बहुत शुक्रगुजार हाँ जी एक नवी लहर चली है पंजाब दे विच और ये लहर जिहड़ी आ मैं अपने तौर पर और सारे मुस्लिम भाईचारे वालों ये मैं इस लहर का बहुत बहुत धन्यवाद करदा और नाल दी नाल असीं कोशिश करते हैं कि जिहड़े मुस्लिम भाईचारियां नूं जो प्रॉब्लम्स आ रही हैं उन्हां दा हल होवे और धलेते दी पंचायत ने यह पूरे पंजाब अज पहल की है क्योंकि बहुत कब्रिस्तान अलाट होए ने पर इस तरह जिहड़ा पंचायत ने सर्वसम्मति नाल जिहड़ा अज मुस्लिम भाईचारे नूं अपना भरा बना के वो बाबे नानक और मरदाने दी सांझ नूं बरकरार रखिया उहदे लई बहुत बहुत धन्यवाद करदे हां और होरां पंचायतां नूं भी बेनती है कि तुसी अपने मनोरिटी की जी बह फड़ो घट गिणतियां का साथ दो बहुत बहुत शुक्रिया अज जिमें कि अभी पहला तो इंटरव्यू किया भी धलीते की समूह सत्कारयोग पंचायत वालों सरपंच साहब की मौजूदगी जी कब्रस्तान लिए साढ़े गुजर भाईचारे को जमीन दिती आ असी वो जमीन पर अज खड़ गए हैं ताडे कैमरे मूहरे तो जिदा साढ़े इस्लामिक रीति रिवाज है भी कोई भी चंगा काम करने तो बाद अभी रब का ना लेना जरूरी मैं इमाम साहब को उन्होंने बेनती करूँगा भी अपनी दुआ पढ़न उस तो बाद जो साढ़े पदवंते खड़े तो आप अगे बयाद करें بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين بسم الله الرحمن الرحيم قل هو الله أحد الله الصمد لم يلد ولم يولد ولم يكن له كفوا أحد بسم الله الرحمن الرحيم قل هو الله احد الله الصمد لم يلد ولم يولد ولم يكن له كفوا احد بسم الله الرحمن الرحيم قل هو الله احد الله الصمد لم يلد ولم يولد ولم يكن له كفوا احد اللهم صل على سيدنا محمد وعلى ال سيدنا محمد وبارك وسلم عليهم اے اللہ پاک ہم نے جو کلام پاک پڑھی درود پاک آیات کریم کی تلاوتی کی اس کا تحفتاً حدیثاً آقا انعام دار مدنی تاجدار احمدی مجتبیٰ حضرت محمد مصطفیٰ صلی اللہ علیہ وسلم کی بارگاہ اقدس میں بچا کر جتنے بھی ازواج حرات مطہرات صحابہ کرام رضوان اللہ تعالی علیہم اجمعین تے رضا الہی تے اللہ پاک چلے گئے ان تمام کی مغفرت فرما کر ان تمام کے نام آئی مال میں ثواب کو درج فرما اے اللہ پاک ہماری حاضرین مجلس جو حاضر ہے اے اللہ اس میں اتفاق اور ہدایت عطا فرما اے اللہ ہمارے جتنے بھی مسلمان متوفی ہو چکے ہیں ان کی مغفرت فرما کر بالخصوص ہماری جو پنڈ کی پنجائت ہے اے اللہ اس پہ بھی تو اپنا کرم نازل فرما دلوں کو رحم میں عطا مفلوط عطا فرما دے خاص کر کے اتفاق اور ہدایت عطا فرما اے اللہ تمام کو اتفاق سے رہنے کی توفیق عطا فرما اے اللہ پاک جن جنہوں نے اس قبرستان کے اندر حصہ لیا ان کی دن دگنے رات چگنیاں ترقیاں عطا فرما اے اللہ تو غفور الرحیم ہے سمیع بصیر ہیں اے اللہ جنہوں نے حصہ لیا ان کی عمریں دراز عطا فرما صلی اللہ تعالی علی خیر خلقہ محمد و علی آلہ و صحابہ اجمعین برحمتہ اللہ अपने ना होया अज तक ऊटा पाटा तो कह के पाते भी कम नहीं होया पर ये पंचायत नूं रब दिन दुगनी रात दुगनी तरक्की दे सरपंच साहब साढ़े अमरजीत कैले साहब साढ़े बहुत सिंह भगवान साहब और जिन्नी भी समूह जिहड़े नहीं भी पंच मैंबर का कोई कम करके नहीं पहुँचे उन्हां सारयां दे दिलों धन्नवादी हां और इन्हां ने एक एक मिनट का एक एक पल का और एक एक चल के करना जी